ਗੜਸ਼ੰਕਰ ਦੇ ਪਿੰਡ ਨਰਿਆਲਾ, ਬਡੋਵਾਨ, ਸਰਦੁੱਲਾਪੁਰ, ਗੰਦੋਵਾਲ ਆਦਿ ਪਿੰਡਾਂ ਦੀ ਜ਼ਮੀਨ 'ਤੇ ਇੱਕ ਸੀਮੈਂਟ ਕੰਪਨੀ ਦੇ ਲੱਗ ਰਹੇ ਪਲਾਂਟ ਦੇ ਖਿਲਾਫ ਪਿੰਡ ਵਾਸੀਆਂ ਦਾ ਵਿਰੋਧ ਲਗਾਤਾਰ ਜਾਰੀ ਹੈ। ਪਿੰਡ ਵਾਸੀਆਂ ਦਾ ਆਰੋਪ ਹੈ ਕਿ ਸੀਮੈਂਟ ਫੈਕਟਰੀ ਦੇ ਲੱਗ ਰਹੇ ਪਲਾਂਟ ਦੇ ਕਾਰਨ 10 ਕਿਲੋਮੀਟਰ ਦਾ ਖੇਤਰ ਪ੍ਰਭਾਵਿਤ ਹੋਵੇਗਾ ਅਤੇ 20 ਦੇ ਕਰੀਬ ਪਿੰਡਾਂ ਦੇ ਲੋਕਾਂ ਨੂੰ ਨੁਕਸਾਨ ਝੇਲਣਾ ਪਵੇਗਾ, ਜਿਸ ਨੂੰ ਲੈ ਕੇ ਪਿੰਡ ਵਾਸੀਆਂ ਵੱਲੋਂ ਵਾਤਾਵਰਨ ਬਚਾਓ ਸੰਘਰਸ਼ ਕਮੇਟੀ ਬਣਾਈ ਗਈ ਹੈ ਅਤੇ ਉਕਤ ਕਮੇਟੀ ਵੱਲੋਂ SDM ਗੜਸ਼ੰਕਰ ਸ਼ਿਵਰਾਜ ਸਿੰਘ ਬਲ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਂ ਦੇ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਵਾਤਾਵਰਨ ਬਚਾਓ ਸੰਘਰਸ਼ ਕਮੇਟੀ ਨੇ ਮੰਗ ਕੀਤੀ ਕਿ ਇੰਪੈਕਟ ਡਿਟੇਲ ਰਿਪੋਰਟ ਉਪਲਬਧ ਕਰਵਾਈ ਜਾਵੇ ਅਤੇ 19 ਜਨਵਰੀ ਨੂੰ ਗੈਰ ਸੰਵਿਧਾਨਿਕ ਤਰੀਕੇ ਨਾਲ ਕੀਤੀ ਗਈ ਪਬਲਿਕ ਜਨ ਸੁਣਵਾਈ ਨੂੰ ਰੱਦ ਕੀਤਾ ਜਾਵੇ ਅਤੇ ਦੁਬਾਰਾ ਲੋਕਾਂ ਦੀ ਰਾਏ ਲਈ ਜਾਵੇ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਪਲਾਂਟ ਲਈ ਖਰੀਦੀ ਗਈ ਜ਼ਮੀਨ 'ਤੇ ਖੇਤੀ ਕੀਤੀ ਜਾ ਰਹੀ ਹੈ ਅਤੇ ਸਿੰਚਾਈ ਲਈ ਟਿਊਬਵੈੱਲ ਵੀ ਲੱਗੇ ਹੋਏ ਹਨ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਉਕਤ ਸਥਾਨ 'ਤੇ ਆਸ ਪਾਸ ਸੰਘਣੀ ਆਬਾਦੀ ਹੈ ਅਤੇ ਇਸ ਪਲਾਂਟ ਨੂੰ ਬਣਨ ਤੋਂ ਰੋਕਿਆ ਜਾਵੇ। ਪੋਲਿਊਸ਼ਨ ਕ੍ਰੀਏਟ ਕਰਨ ਵਾਲੀ ਫੈਕਟਰੀ ਲੱਗ ਰਹੀ ਹੈ, ਇਹਦੀ ਜੀਂਦੀ ਜਾਗਦੀ ਐਗਜ਼ਾਮਪਲ ਉਦਾਹਰਨ ਘਨੌਲੀ ਰੋਪੜ ਦੇ ਕੋਲ ਬਹੁਤ ਵੱਡਾ ਸੀਮਿੰਟ ਪਲਾਂਟ ਨਹੀਂ ਲਾਇਆ ਹੋਇਆ, ਉੱਥੇ ਅੱਜ ਵੀ ਜਾ ਕੇ ਦੇਖ ਲਓ 25-30 ਪਿੰਡਾਂ ਦੀਆਂ ਪੰਚਾਇਤਾਂ ਰੋਂਦੀਆਂ, ਲੋਕ ਰੋਂਦੇ, ਲੋਕਾਂ ਨੂੰ ਕਿੰਨੀਆਂ ਬਿਮਾਰੀਆਂ ਲੱਗ ਗਈਆਂ, ਲੇਕਿਨ ਪ੍ਰਸ਼ਾਸਨ ਅੱਜ ਨਹੀਂ ਸੁਣ ਰਿਹਾ। ਇੱਕ ਵਾਰੀ ਇਹ ਫੈਕਟਰੀ ਲੱਗ ਗਈ ਤਾਂ ਡੈਫੀਨੇਟਲੀ ਇੱਥੇ 15-15 ਕਿਲੋਮੀਟਰ ਤੱਕ ਗੜਸ਼ੰਕਰ ਲਾ ਲਓ, ਮਾਲਪੁਰ ਲਾ ਲਓ, ਇੱਧਰ ਪਿੰਡ ਲਾ ਲਓ, ਕੋਟਫਤੂਈ ਲਾ ਲਓ, ਇੱਥੇ ਦੇ ਸਾਰੇ ਲੋਕਾਂ ਦਾ ਜੀਣਾ ਹਰਾਮ ਹੋ ਜਾਏਗਾ, ਅਤੇ ਜਿਹੜਾ ਕਿ ਅਸੀਂ ਕਦੀ ਵੀ ਕਿਸੇ ਵੀ ਕੋਸਟ 'ਤੇ ਅਸੀਂ ਨਹੀਂ ਚਾਹਵਾਂਗੇ। ਇਸ ਅਸੀਂ ਇਹੀ ਚਾਹੁੰਦੇ ਹਾਂ ਕਿ ਇਹ ਫੈਕਟਰੀ ਨਾ ਲੱਗੇ, ਔਰ ਲੋਕ ਵੀ ਇਹੀ ਚਾਹੁੰਦੇ ਆ ਇਹ ਫੈਕਟਰੀ ਨਾ ਲੱਗੇ, ਔਰ ਇਹ ਫੈਕਟਰੀ ਅਸੀਂ ਕਿਸੇ ਵੀ ਹਾਲਤ ਵਿੱਚ ਨਹੀਂ ਲੱਗਣ ਦੇਵਾਂਗੇ, ਚਾਹੇ ਹੋਰ ਲੋਕਾਂ ਨੂੰ ਨਹੀਂ ਪਤਾ। ਜਿਹੜੀ ਕਿ ਅਸੀਂ ਅੱਜ ਰਿਸਪੈਕਟਡ SDM ਸਾਹਿਬ ਦੇ ਆਪਣੀ ਦਰਖਾਸਤ ਦਿੱਤੀ ਆ, ਉਹਨਾਂ ਨੂੰ ਦੱਸਿਆ ਵੀ ਇਹ ਤੋਂ ਬੜਾ ਵੱਡਾ ਧੋਖਾ ਕੀਤਾ ਗਿਆ ਗੁਜਰਾਤ ਉੱਭਰ ਜਾ ਲਓ, ਔਰ ਜਾਂ ਹੋਰ ਅਧਿਕਾਰੀਆਂ ਨੇ ਜਾਂ ਕਰਮਚਾਰੀਆਂ ਨੇ ਮਿਲ ਕੇ ਇਹ ਧੋਖਾ ਕੀਤਾ ਗਿਆ, ਇਹਨੂੰ ਦੁਬਾਰਾ ਇਹਦੇ ਪ੍ਰੋਸੈਸ ਵਿੱਚ ਪਾਇਆ ਜਾਵੇ, ਲੋਕਾਂ ਨੂੰ ਜਨਤਕ ਕੀਤਾ ਜਾ ਕੇ, ਲੋਕਾਂ ਦਾ ਪਰਮਿਸ਼ਨ ਲਈ ਲਾ ਕੇ ਲੋਕਾਂ ਨਾਲ ਸਾਂਝ ਕੀਤੀ ਜਾਵੇ ਕਿ ਫੈਕਟਰੀ ਅਸੀਂ ਲੱਗਣ ਦੇਣੀ ਆ ਜਾਂ ਨਹੀਂ ਲੱਗਣ ਦੇਣੀ, ਇਹਦੇ ਕੀ ਫਾਇਦੇ ਆ, ਇਹਦੇ ਕੀ ਨੁਕਸਾਨ ਹੈ, ਫਾਇਦੇ ਕੀ ਆ, ਇਹਦਾ ਕੋਈ ਫਾਇਦਾ ਨਹੀਂ ਹੋਣਾ, ਅਸੀਂ ਵਾਰ ਵਾਰ ਦੱਸਦੇ ਹਾਂ, ਇਹਦਾ ਨੁਕਸਾਨ ਹੀ ਨੁਕਸਾਨ ਹੈ। ਨੁਕਸਾਨ ਵੀ ਇਦਾਂ ਦਾ ਹੋਊਗਾ ਕਿ ਸਾਨੂੰ ਪਿੰਡਾਂ ਦੇ ਪਿੰਡ ਖਾਲੀ ਹੋ ਜੂਗੇ, ਜਿਸ ਤਰ੍ਹਾਂ ਕਿ ਸਾਡਾ ਪਾਣੀ ਖਰਾਬ ਕੀਤਾ, ਹੁਣ ਇਹ ਨਹੀਂ ਸਾਡਾ ਵਾਤਾਵਰਨ ਖਰਾਬ ਕਰ ਦੇਣਾ। ਸੋ ਅਸੀਂ ਤਾਂ ਸਰਕਾਰ ਨੂੰ ਹੱਥ ਜੋੜ ਬੇਨਤੀ ਕਰਾਂਗੇ ਕਿ ਇਹ ਜਿਹੜੀ ਫੈਕਟਰੀ ਆ ਇਹਨੂੰ ਕਿਤੇ ਹੋਰ ਸ਼ਿਫਟ ਕੀਤਾ ਜਾਵੇ, ਜਿੱਥੇ ਵੀ ਬਣਦਾ ਹੋਵੇ, ਲੇਕਿਨ ਨਰਿਆਲਾ ਸੈਲੇ ਦੇ ਕੋਲ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਇਹ ਫੈਕਟਰੀ ਕਿਸੇ ਵੀ ਹਾਲਤ ਵਿੱਚ ਅਸੀਂ ਲੱਗਣ ਨਹੀਂ ਦੇਵਾਂਗੇ। ਇਹਨਾਂ ਦੇ ਵਿੱਚ ਸਾਡੇ ਇਲਾਕੇ 'ਚ ਇਹ ਗੱਲ ਸਾਹਮਣੇ ਆਈ ਸੀ ਕਿ ਅੰਬੂਜਾ ਸੀਮੈਂਟ ਫੈਕਟਰੀ ਦਾ ਇੱਕ ਪਲਾਂਟ ਪਿੰਡ ਨਰਿਆਲਾ ਦੇ ਵਿੱਚ ਲੱਗਣ ਜਾ ਰਿਹਾ, ਜਿਹਦੀ ਜਿਹੜੀ ਜਿੰਨੀ ਲੀਗਲ ਪ੍ਰੋਸੈਸ ਹੁੰਦੀ ਹੈ ਕਿ ਪਹਿਲਾਂ ਇਲਾਕੇ ਨੂੰ ਇਕੱਠੇ ਕਰਕੇ ਉੱਥੇ ਇੱਕ ਜਿਹੜੀ ਹੈ ਵੀ ਪਬਲਿਕ ਹੀਅਰਿੰਗ ਕਰਨੀ ਹੈ, ਉਹਦੇ ਬਾਰੇ ਸਾਨੂੰ ਕਿਸੇ ਨੂੰ ਵੀ ਪਤਾ ਨਹੀਂ ਲੱਗਿਆ, ਅਤੇ ਫਿਰ ਅਸੀਂ ਪੂਰੇ ਇਲਾਕੇ ਨੇ ਆਪਣਾ 70-80 ਪਿੰਡਾਂ ਨੇ ਰਲ ਕੇ ਜਿਹੜੀ ਵਾਤਾਵਰਨ ਬਚਾਓ ਸੰਘਰਸ਼ ਕਮੇਟੀ ਦੁਆਬਾ ਬਣਾ ਕੇ DC ਹੁਸ਼ਿਆਰਪੁਰ ਸਾਹਿਬ ਨੂੰ, DC ਸਾਹਿਬ ਹੁਸ਼ਿਆਰਪੁਰ ਅਤੇ ਵਾਤਾਵਰਨ ਵਿਭਾਗ ਨਿਊ ਦਿੱਲੀ ਅਤੇ SDM ਗੜਸ਼ੰਕਰ ਨੂੰ ਇਹ ਲਿਖ ਕੇ ਭੇਜਿਆ ਸੀਗਾ ਕਿ ਇਹ ਜਿਹੜੀ ਮੁੱਢਲੀ ਕਾਨੂੰਨੀ ਕਾਰਵਾਈ ਆ ਜਿਹੜੀ ਪਹਿਲੀ ਕਰਨੀ ਸੀ ਉਹ ਗਲਤ ਤਰੀਕੇ ਨਾਲ ਹੋਈ ਹੈ, ਸੋ ਉਹਦੇ ਸੰਬੰਧੀ ਸਾਡੀ ਇਹ ਫਿਰ ਮੀਟਿੰਗ DC ਸਾਹਿਬ ਦੇ ਕਹਿਣ 'ਤੇ ਅੱਜ SDM ਸਾਹਿਬ ਨੂੰ ਜਿਹੜੇ ਲਿਖਤੀ ਆਰਡਰ ਆਏ ਸੀਗੇ ਕਿ ਇਹ ਅੰਬੂਜਾ ਸੀਮੈਂਟ ਫੈਕਟਰੀ ਵਾਲੇ ਅਤੇ ਨਾਲ ਜਿਹੜਾ ਪੋਲਿਊਸ਼ਨ ਕੰਟਰੋਲ ਬੋਰਡ ਪੰਜਾਬ ਦੇ ਅਫਸਰ ਅਤੇ ਇਲਾਕੇ ਦੇ ਮੋਹਤਬਰ ਵਿਅਕਤੀ ਜਿਹਦੇ ਵਿੱਚ 80 ਪਿੰਡਾਂ ਤੋਂ ਮੋਹਤਬਰ ਵਿਅਕਤੀ ਸੈਕੜਿਆਂ ਦੀ ਤਾਦਾਦ ਦੇ ਵਿੱਚ ਅੱਜ ਇੱਥੇ ਸ਼ਾਮਲ ਹੋਏ ਆ, ਔਰ ਇਹ ਆਸ਼ਵਾਸਨ ਦਿੱਤਾ ਗਿਆ SDM ਸਾਹਿਬ ਨੇ ਉਸ ਮੀਟਿੰਗ ਦੇ ਵਿੱਚ ਕਿ ਅੱਜ ਦੀ ਮੀਟਿੰਗ ਦੇ ਵਿੱਚ ਜਿੱਥੇ ਅਸੀਂ ਵੱਖ ਵੱਖ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ, ਸਭ ਤੋਂ ਪਹਿਲਾਂ ਜਿਹੜੇ ਹੋਰ ਪੱਖ ਨੇ ਵਿਚਾਰੇ ਜਾਣਗੇ, ਪਰ ਸਭ ਤੋਂ ਵੱਡਾ ਪੱਖ ਇਹ ਪਬਲਿਕ ਹੀਅਰਿੰਗ ਜਿਹੜਾ ਲੀਗਲ ਪ੍ਰੋਸੈਸ ਹੈ ਉਹ ਦੁਬਾਰਾ ਕਰਵਾਉਣ ਦੀ ਸਿਫਾਰਸ਼ ਕੀਤੀ ਗਈ ਹੈ।